ਭਾਰਤੀ ਕਿਸਾਨ ਜਥੇਬੰਦੀਆਂ ਨੇ ਵੀ ਕਿਹੜੀਆਂ ਕਿਵੇਂ ਹੋ ਗਿਆ ਜੀ? ਮਤਲਬ 13 ਫਰਵਰੀ ਦੀ ਕਾਲ ਦਿੱਤੀ ਹੋਈ ਆ ਦਿੱਲੀ ਨੂੰ ਜਾਣਾ ਜੀ, ਤੁਸੀਂ ਤਾਂ ਨਹੀਂ ਉਸ ਕੋਈ ਹਮਾਇਤ ਕੀਤੀ ਜਿਹੜੀ 13 ਫਰਵਰੀ ਨੂੰ ਦਿੱਲੀ ਜਾਣਾ? ਇਹ ਕਨਫਿਊਜ਼ਨ ਵਾਲੀ ਕਿਹੜੀ ਗੱਲ ਹੈ ਭਲਾ? ਕੋਈ ਇੱਥੇ ਮੋਰ ਡੀਸੀ ਦੇ ਮੋਰਚਾ ਨਹੀਂ ਬੈਠਾ, ਕੋਈ ਟੈਕਸ ਮਾਰਚ ਕਰੀ ਜਾਂਦਾ, ਕੋਈ ਦਿੱਲੀ ਜਾਈ ਜਾਂਦਾ, ਕੋਈ ਚੰਡੀਗੜ੍ਹ ਨੂੰ ਜਾਈ ਜਾਂਦਾ, ਇਹ ਤਾਂ ਪਹਿਲਾਂ ਤੋਂ ਹੀ ਚੱਲਦਾ। ਇਹ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ ਵੀ ਯਾਰ ਇੱਕ ਪਹਿਲਾਂ ਦਿੱਲੀ ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਿਆ ਸੀ, ਹੁਣ ਇਕੱਲੀ ਜਥੇਬੰਦੀ ਦਿੱਲੀ ਕਿਉਂ ਜਾ ਰਹੀ ਹੈ? ਅਸੀਂ ਜਦੋਂ ਇਕੱਠੇ ਹੁੰਦੇ ਹਾਂ ਕਿਸੇ ਮੁੱਦੇ 'ਤੇ ਇਕੱਠੇ ਹੁੰਦੇ, ਉਹ ਜਦੋਂ ਕੋਈ ਮੁੱਦਾ ਆਊਗਾ ਉਦੋਂ ਦੇਖ ਲਾਂਗੇ। ਅਸੀਂ ਕਹਿੰਦੇ ਵੀ ਐਂ ਕਰਨਾ ਠੀਕ ਹੈ, ਦੂਜੀ ਜਥੇਬੰਦੀ ਕਹਿੰਦੇ ਐਂ ਕਰਨਾ ਠੀਕ ਹੈ, ਅਸੀਂ ਕਹਿੰਦੇ ਵੀ ਐਂ ਲੜਨਾ ਠੀਕ ਹੈ, ਦੂਜੀ ਜਥੇਬੰਦੀ ਕਹਿੰਦੇ ਇਸ ਤਰ੍ਹਾਂ ਲੜਨਾ। ਵੀ ਕੁਛ ਦਿਨ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ, ਦੂਜੀਆਂ ਪਤਾ ਨਹੀਂ ਉਹਦਾ ਵਿਰੋਧ ਕਰਦੀਆਂ ਨੇ, ਦੂਜਿਆਂ ਦਾ ਨਹੀਂ ਪ੍ਰੋਗਰਾਮ, ਉਹਨਾਂ ਦਾ ਜਿੱਦੇ ਬਣ ਗਿਆ ਉਦੇ ਦਿੱਲੀ ਵਗ ਜਾਣਗੀਆਂ। ਸਰਕਾਰ ਨਾਲ ਪੇਚਾ ਪਿਆ ਹੋਇਆ, ਪਰਚੇ ਤੇ ਪਰਚੇ ਹੋ ਰਹੇ ਨੇ, ਉਹਨਾਂ ਦੇ ਪਰਿਵਾਰ ਤੇ ਪਰਚੇ ਕਰੇ ਨੇ, ਹੋਰ ਨੌਜਵਾਨਾਂ ਤੇ ਪਰਚੇ ਹੋਏ ਨੇ, ਲਾਠੀਚਾਰਜ ਹੋਇਆ, ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖ? ਹੁਣ ਉੱਥੇ ਤਾਂ ਢੀਂਡ ਸਾਹਿਬ ਵੀ ਆ ਗਿਆ, ਉੱਥੇ ਲੱਖਾ ਵੀ ਆ ਗਿਆ, ਉੱਥੇ ਸਿਮਰਜੀਤ ਮਾਨ ਵੀ ਆ ਗਿਆ, ਉੱਥੇ ਹਰਪਾਲ ਖਹਿਰਾ ਵੀ ਆ ਗਏ, ਉੱਥੇ ਚੰਨੀ ਵੀ ਆ ਗਿਆ। ਅਸੀਂ ਉਹਨਾਂ ਦੇ ਬਿਨਾਂ ਕਦੇ ਸਾਂਝਾ ਮੰਚ ਕੀਤਾ ਹੀ ਨਹੀਂ। 24 ਫਰਵਰੀ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਹੋਣ ਜਾ ਰਿਹਾ। ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਅਮਨਦੀਪ ਸਿੰਘ ਮਾਝਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਘੇਰੇ ਗਏ ਸਨ, 5 ਦਿਨ ਡੀਸੀ ਦਫ਼ਤਰ ਅੱਗੇ ਦਿਨ ਰਾਤ ਦਾ ਧਰਨਾ ਲੱਗਿਆ। ਸੋ ਅੱਜ 5 ਦਿਨ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਪ੍ਰਦਰਸ਼ਨ ਕੀਤੇ, ਕੀ ਮੰਗਾਂ ਨੇ, ਕੀ ਗੱਲਬਾਤ ਆ, ਸਾਰੀ ਗੱਲਬਾਤ ਵੀ ਕਰਾਂਗੇ। ਸੋ ਅਸੀਂ ਸੰਗਰੂਰ ਡੀਸੀ ਦਫ਼ਤਰ ਦੇ ਅੱਗੇ ਮੌਜੂਦ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪਹੁੰਚੇ ਹੋਏ ਨੇ, ਕਰਾਂਗੇ ਗੱਲਬਾਤ। ਉਗਰਾਹਾਂ ਸਾਹਿਬ, 5 ਦਿਨ ਦਾ ਡੀਸੀ ਦਫ਼ਤਰ ਘਿਰਾਓ ਦਾ ਤੁਸੀਂ ਇੱਕ ਪ੍ਰੋਟੈਸਟ ਕੀਤਾ, ਪ੍ਰਦਰਸ਼ਨ ਕੀਤਾ, ਇਹ ਕੇਂਦਰ ਸਰਕਾਰ ਵਿਰੁੱਧ ਆ ਜਾਂ ਪੰਜਾਬ ਸਰਕਾਰ ਵਿਰੁੱਧ? ਇਹ ਵੈਸੇ ਤਾਂ ਪੰਜਾਬ ਵਾਲੀਆਂ ਮੰਗਾਂ 'ਤੇ ਧਰਨਾ ਲੱਗਿਆ ਹੋਇਆ ਪੰਜਾਬ ਸਰਕਾਰ ਦੇ ਖਿਲਾਫ ਹੈ, ਇਹਦੇ ਨਾਲ ਕੇਂਦਰ ਨਾਲ ਵੀ ਕੁਛ ਮੰਗਾਂ ਜੁੜਦੀਆਂ ਨੇ, ਉਹ ਵੀ ਵਿੱਚ ਹੀ ਹੈਗੀਆਂ। ਜਿਹੜੀਆਂ ਸਰਕਾਰਾਂ ਭਾਵੇਂ ਦੋ ਤੁਸੀਂ ਦੇਖਦੇ ਹੋ, ਦੋ ਸਰਕਾਰਾਂ ਨਹੀਂ, ਨੀਤੀ ਦੋਨਾਂ ਸਰਕਾਰਾਂ ਦੀ ਇੱਕੋ ਹੀ ਆ। ਅਸੀਂ ਉਹਨਾਂ ਦੇ ਖਿਲਾਫ ਉਹਨਾਂ ਗੱਲਾਂ ਨੂੰ ਲੈ ਕੇ ਜਿਹੜੀਆਂ ਵੱਧ ਪੰਜਾਬ ਸਰਕਾਰ ਦੇ ਖੇਤਰ ਦੀਆਂ ਆਉਂਦੀਆਂ ਨੇ, ਇਹਦੇ ਨਾਲ ਐਂ ਨਹੀਂ ਵੀ ਪੰਜਾਬ ਸਰਕਾਰ ਦੇ ਖੇਤਰ ਦੀਆਂ ਗੱਲਾਂ ਨੇ, ਕੇਂਦਰ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਨੇ। ਇਹ ਦੋਨਾਂ ਨੂੰ ਲੈ ਕੇ 5 ਦਿਨ ਦਾ ਮੋਰਚਾ ਲਾਇਆ ਸੀਗਾ, ਇਹ ਅੱਜ ਦਾ ਆਖਰੀ ਦਿਨ ਹੈ। ਅੱਜ ਅਸੀਂ ਇਹ ਤੋਂ ਐਲਾਨ ਕਰਨਾ, ਅਸੀਂ 24 ਤਰੀਕ ਤੋਂ ਲੈ ਕੇ 24 ਫਰਵਰੀ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਲਾਉਣ ਜਾ ਰਹੇ। ਇਹਨਾਂ ਹੀ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਮਤਲਬ ਅਸੀਂ ਪ੍ਰਭਾਵਿਤ ਮੰਗਾਂ 'ਤੇ ਅੱਜ ਮੋਰਚਾ ਲਾਇਆ। ਅਸੀਂ ਜੇ ਸਰਕਾਰ ਨੇ ਮਤਲਬ ਇਹ ਗੱਲ ਨਾ ਸੁਣੀ, ਅਸੀਂ ਹੁਣ ਮੋਰਚੇ ਦੇ ਵਿੱਚ 5 ਦਿਨ ਦੇ ਵਿੱਚ ਫਿਰ ਫੈਸਲਾ ਕੁੰਨ ਕੋਈ ਫੈਸਲਾ ਲਵਾਂਗੇ, ਫੈਸਲਾ ਤਿੱਖਾ ਐਕਸ਼ਨ ਕਰਾਂਗੇ। ਇਹ ਫਿਲਹਾਲ ਅਸੀਂ ਅੱਜ ਇਹ ਧਰਨਿਆਂ ਦੀ ਸਮਾਪਤੀ ਇੱਥੇ ਕਰਾਂਗੇ, ਅਤੇ 24 ਫਰਵਰੀ ਤੋਂ ਪਹਿਲਾਂ ਅਸੀਂ ਉੱਥੇ ਮਤਲਬ ਪੱਕਾ ਅਣਮਿੱਥੇ ਸਮੇਂ ਦਾ ਮੋਰਚਾ ਲਵਾਂਗੇ। ਇਦੋਂ ਪਹਿਲਾਂ ਅਸੀਂ ਲਗਾਤਾਰ ਸਾਰੇ 7-8 ਜ਼ਿਲ੍ਹੇ ਜਿਹੜੇ ਵੱਡੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਵੱਡੀਆਂ ਕਾਨਫਰੰਸਾਂ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ, ਜਿਵੇਂ ਕਿ ਸੰਗਰੂਰ ਦੇ ਵਿੱਚ 14 ਤਰੀਕ ਨੂੰ ਸੇਰੋਂ ਕਾਨਫਰੰਸ ਹੋਣੀ ਆ, ਵੱਡੀ ਕਾਨਫਰੰਸ, ਵੱਡਾ ਇਕੱਠ ਕਰਕੇ ਵੱਡੀ ਕਾਨਫਰੰਸ ਕਰਕੇ ਸਾਰੀ ਗੱਲ ਪਿੰਡਾਂ 'ਚ ਲੈ ਕੇ ਕਿਵੇਂ ਤਿਆਰੀ ਕਰਨੀ ਹੈ, ਕੀ ਗੱਲਾਂ ਨੇ, ਇਹ ਗੱਲਾਂ ਲੈ ਕੇ। ਉਗਰਾਹਾਂ ਸਾਹਿਬ, ਪੰਜਾਬ ਦੇ ਕਿਸਾਨ ਵੀ ਕਨਫਿਊਜ਼ ਨੇ, ਹੋਰ ਵੀ ਬਹੁਤ ਲੋਕ ਕਨਫਿਊਜ਼ ਹੋ ਗਏ ਕਿ ਭਾਰਤੀ ਕਿਸਾਨ ਜਥੇਬੰਦੀਆਂ ਨੇ ਵੀ ਕਿਹੜੀਆਂ ਕਿਵੇਂ ਹੋ ਗਈਆਂ ਜੀ? ਮਤਲਬ 13 ਫਰਵਰੀ ਦੀ ਕਾਲ ਦਿੱਤੀ ਹੋਈ ਆ ਦਿੱਲੀ ਨੂੰ ਜਾਣਾ ਜੀ, ਤੁਸੀਂ ਤਾਂ ਨਹੀਂ ਉਹ 'ਚ ਕੋਈ ਹਮਾਇਤ ਕੀਤੀ ਜਿਹੜੀ 13 ਫਰਵਰੀ ਨੂੰ ਦਿੱਲੀ ਜਾਣਾ ਜੀ? ਇਹ ਕਨਫਿਊਜ਼ਨ ਵਾਲੀ ਕਿਹੜੀ ਗੱਲ ਹੈ ਭਲਾ? ਪੰਜਾਬ ਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਇਕੱਠੀਆਂ ਵੀ ਲੜ ਹੋ ਕੇ ਲੜਦੀਆਂ ਨੇ, ਅੱਡ ਅੱਡ ਵੀ ਲੜਦੀਆਂ ਨੇ,
ਇਹ ਕਨਫਿਊਜ਼ਨ ਦੀ ਕੀ ਗੱਲ ਹੈ? ਕੋਈ ਇੱਥੇ ਮੋਰ ਡੀਸੀ ਦੇ ਮੋਰਚਾ ਨਹੀਂ ਬੈਠਾ, ਕੋਈ ਟਿਕਟ ਮਾਰਚ ਕਰੀ ਜਾਂਦਾ, ਕੋਈ ਦਿੱਲੀ ਜਾਈ ਜਾਂਦਾ, ਕੋਈ ਚੰਡੀਗੜ੍ਹ ਨੂੰ ਜਾਈ ਜਾਂਦਾ, ਇਹ ਤਾਂ ਪਹਿਲਾਂ ਤੋਂ ਹੀ ਚੱਲਦਾ। ਇਹ ਹੈਰਾਨ ਹੋਣ ਵਾਲੀ ਕਿਹੜੀ ਗੱਲ ਹੈ? ਹੁਣ ਹੈਰਾਨ ਤਾਂ ਇਸ ਕਰਕੇ ਲੋਕ ਹੋ ਰਹੇ ਨੇ ਵੀ ਯਾਰ ਇੱਕ ਪਹਿਲਾਂ ਦਿੱਲੀ ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਿਆ ਸੀ, ਹੁਣ ਇਕੱਲੀ ਜਥੇਬੰਦੀ ਦਿੱਲੀ ਕਿਉਂ ਜਾ ਰਹੀ ਹੈ? ਇਹ ਹੈਰਾਨੀ ਦੀ ਗੱਲ ਕਰਨ ਵਾਲੀ ਕੋਈ ਨਹੀਂ। ਇਹ ਪਹਿਲਾਂ ਵੀ ਐਂ ਚੱਲਦਾ ਸੀ, ਹੁਣ ਵੀ ਚੱਲਦਾ। ਜੇ ਕੋਈ ਜਥੇਬੰਦੀਆਂ ਦੋ ਜਾਂ ਚਾਰ ਜਥੇਬੰਦੀਆਂ ਇਕੱਠੇ ਹੋ ਕੇ ਸਾਂਝ ਬਣ ਜਾਂਦੀ ਹੈ ਉਹਨਾਂ ਦੀ, ਉਹ ਦਿੱਲੀ ਵੱਲੋਂ ਬਾਹਰ 'ਚ ਕੱਢਦੀਆਂ ਨੇ, ਇਹ ਮਾੜਾ ਕੀ ਹੈ? ਅਸੀਂ ਇਹਨਾਂ ਨੂੰ ਕਿਉਂ ਨਿੰਦੀਏ? ਸਰਕਾਰ ਇਹਨੂੰ ਇਹ ਦਿਖਾਈ ਜਾਂਦੀ ਹੈ ਵੀ ਸ਼ਾਇਦ ਇਹ ਪਾਰਟ ਗਏ। ਅਸੀਂ ਪਹਿਲੇ ਅੱਡ ਅੱਡਾ ਅਸੀਂ ਜਦੋਂ ਇਕੱਠੇ ਹੁੰਦੇ ਹਾਂ ਕਿਸੇ ਮੁੱਦੇ 'ਤੇ ਇਕੱਠੇ ਹੁੰਦੇ ਹਾਂ, ਉਹ ਜਦੋਂ ਕੋਈ ਮੁੱਦਾ ਆਊਗਾ ਉਦੋਂ ਦੇਖ ਲਾਂਗੇ। ਪਰ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਮੰਗਾਂ ਉਹੀ ਨੇ, ਸੇਮ ਮੰਗਾਂ ਨੇ, ਉਹਨਾਂ ਦੀਆਂ ਮੰਗਾਂ ਵੀ ਉਹੀ ਨੇ ਕਿ ਜਿਹੜੇ ਪਰਚੇ ਨੇ ਰੱਦ ਕਰੋ ਜੀ, ਜਿਹੜੀਆਂ MSP ਦੀ ਗੱਲਬਾਤ ਉਹ ਤੁਸੀਂ ਵੀ ਕਰਦੇ ਹੋ। ਜਦੋਂ ਮੰਗਾਂ ਸੇਮ ਨੇ ਵੀ ਜਦੋਂ ਕਿਤੇ ਨਾ ਕਿਤੇ ਫਿਰ ਯੂਨੀਅਨਾਂ ਦਫਾੜ ਹੋਈਆਂ ਨੇ ਵੀ ਪਹਿਲਾਂ ਤਾਂ ਯੂਨੀਅਨਾਂ ਇਕੱਠੀਆਂ ਗਈਆਂ ਸੀ ਦਿੱਲੀ, ਹੁਣ ਦਫਾੜਾਂ ਅੱਧੀਆਂ ਯੂਨੀਅਨ ਜਾ ਰਹੀਆਂ ਅੱਧੀਆਂ ਨਹੀਂ ਜਾ ਰਹੀਆਂ। ਪਹਿਲਾਂ ਜਿਹੜੀਆਂ ਮੰਗਾਂ 'ਤੇ ਅਸੀਂ ਆਹ ਮੋਰਚਾ ਲਾਇਆ, ਜਿਹੜੀਆਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਉਹ ਇਹ ਮੰਗਾਂ ਤੋਂ ਮੂੰਹ ਮੋੜਨਗੀਆਂ? ਭਲਾ ਉਹ ਵੀ ਕਹਿਣਗੀਆਂ ਵੀ ਮੰਗਾਂ ਤਾਂ ਸਾਡੀਆਂ ਵੀ ਆਹੀ ਨੇ। ਰੌਲਾ ਤਾਂ ਮੁੱਦੇ 'ਤੇ ਕਦੇ ਰੌਲਾ ਨਹੀਂ ਪਿਆ, ਰੌਲਾ ਪੈਂਦਾ ਐਕਸ਼ਨ 'ਤੇ। ਅਸੀਂ ਕਹਿੰਦੇ ਵੀ ਐਂ ਕਰਨਾ ਠੀਕ ਹੈ, ਦੂਜੀ ਜਥੇਬੰਦੀ ਕਹਿੰਦੇ ਐਂ ਕਰਨਾ ਠੀਕ ਹੈ, ਅਸੀਂ ਕਹਿੰਦੇ ਵੀ ਐਂ ਲੜਨਾ ਠੀਕ ਹੈ, ਦੂਜੀ ਜਥੇਬੰਦੀ ਕਹਿੰਦੇ ਇਸ ਤਰ੍ਹਾਂ ਲੜਨਾ ਠੀਕ ਹੈ। ਲੜਾਈ 'ਤੇ ਰੌਲਾ ਨਾ, ਮੁੱਦਿਆਂ 'ਤੇ ਕਦੇ ਰੌਲਾ ਨਹੀਂ ਪਿਆ। ਮੁੱਦਿਆਂ 'ਤੇ ਸਭ ਦੀ ਸਹਿਮਤੀ ਹੈ, ਕਰਜ਼ਾ ਖਤਮ ਕਰਨੀ ਸਾਰੇ ਮੰਨਦੇ ਨੇ, MSP ਲੈਣ ਵਾਸਤੇ ਸਾਰੇ ਮੰਨਦੇ ਨੇ, ਝੂਠੇ ਕੇਸਾਂ ਦੀ ਵਾਪਸੀ ਵਾਸਤੇ ਸਾਰੇ ਦੁਖੀ ਨੇ, ਨਸ਼ੇ ਬੰਦ ਸਾਰੇ ਕਰਾਉਣਾ ਚਾਹੁੰਦੇ ਨੇ, ਮੰਡੀਕਰਨ ਨੂੰ ਦਰੁਸਤ ਸਾਰੇ ਕਰਾਉਣਾ ਚਾਹੁੰਦੇ ਨੇ, ਰੁਜ਼ਗਾਰ ਸਾਰੇ ਮੰਗਦੇ ਨੇ। ਯਾਨੀ ਜਿਹੜੀਆਂ ਮੰਗਾਂ ਸਾਡੀਆਂ 'ਤੇ ਅਸੀਂ ਲੜ ਰਹੇ ਹਾਂ, ਮੰਗਾਂ 'ਤੇ ਕਦੇ ਸਾਡਾ ਰੌਲਾ ਨਹੀਂ ਪਿਆ, ਲੜਨ ਦੇ ਤਰੀਕੇ ਅੱਡ ਅੱਡ ਨੇ ਸਾਰੇ ਉਸ ਤਰੀਕੇ। ਉਹ ਚੀਜ਼ ਦਾ ਫਰਕ ਤਾਂ ਪੈਂਦਾ ਉਗਰਾਹ ਸਾਹਿਬ, ਜਿਵੇਂ ਜਦੋਂ ਕਿਸਾਨ ਇਕੱਠੇ ਗਏ ਸੀ ਜੀ, ਵੀ ਦਿੱਲੀ ਨੂੰ ਵੀ ਐਂ ਹੋ ਗਿਆ, ਡਰ ਹੋ ਗਿਆ ਸੀ, ਸੈਂਟਰ ਸਰਕਾਰ ਨੂੰ ਵੀ, ਸਾਰੇ ਕਿਸਾਨ ਆ ਗਏ। ਇਸ ਵਾਰ ਉਹਨਾਂ ਨੂੰ ਇਹ ਗੱਲ ਆ ਵੀ ਐਤਕੀ ਤਾਂ ਕਿਸਾਨਾਂ 'ਚ ਉਹਨਾਂ ਤਾਲਮੇਲ ਨਹੀਂ, ਵਿਚਾਰਾਂ ਦੇ ਮਤਭੇਦ ਹੈਗੇ ਨੇ ਕਿ ਉਹ ਅੱਧੇ ਉੱਧਰ ਨੇ ਅੱਧੇ ਉੱਧਰ ਨੇ, ਵੀ ਰੋਕ ਲਾਂਗੇ, ਹਰਿਆਣਾ ਨਹੀਂ ਕਰੋ ਸੁਣ ਦਿੰਦੇ ਇਸ ਵਾਰ ਤਾਂ ਇਹ ਵੀ। ਦੇਖੋ ਇਹ ਸਰਕਾਰ ਦੀ ਇੱਕ ਪਾਲਿਸੀ ਹੈ, ਸਰਕਾਰ ਨੇ ਲੋਕਾਂ ਨੂੰ ਇਹ ਦਿਖਾਉਣਾ ਵੀ ਕਿਸਾਨ ਜਥੇਬੰਦੀਆਂ ਇਕੱਠੀ ਹੋਈਆਂ ਸੀ ਸਰਕਾਰ 'ਚ ਘਾਲੀ, ਹੁਣ ਇਹ ਖਿੰਡ ਗਈਆਂ, ਹੁਣ ਇਹ ਟੁੱਟ ਗਈਆਂ, ਇਹ ਦਿਖਾਉਣਾ ਹੈ ਸਰਕਾਰ ਨੇ। ਸਰਕਾਰ ਨੇ ਉਹ ਦਿਖਾਉਣ ਦੇ ਵਾਸਤੇ ਜਿਹੜੀ ਖੇਡ ਖੇਡਣੀ ਹੈ, ਜਿਹੜਾ ਪ੍ਰਚਾਰ ਉਹਨਾਂ ਦੇ ਹੱਥ 'ਚ ਹੈ। ਹੁਣ ਦੱਸੋ ਇੱਥੋਂ ਜਦੋਂ ਅਸੀਂ ਪੰਜਾਬ 'ਚ ਗਏ ਹਾਂ, ਅਸੀਂ 3 ਕਾਨੂੰਨ ਵਾਪਸ ਕਰਾਉਣ ਗਏ ਸੀ, 3 ਕਾਨੂੰਨ ਵਾਪਸ ਗਏ। ਉੱਥੇ ਇੱਕ ਮੀਡੀਆ ਵਾਲਾ ਬੋਲੀ ਜਾਂਦਾ ਜੇ 3 ਕੁ ਦਿਨ ਹੋਰ ਬਹਿ ਜਾਂਦੇ ਉੱਥੇ ਪਤਾ ਨਹੀਂ ਕੀ ਹੋ ਜਾਂਦਾ, ਜਿਵੇਂ ਉਹਦੇ ਹੱਥ 'ਚ ਫੜਿਆ ਹੋਇਆ ਕੁਛ। ਅਸੀਂ ਚੰਡੀਗੜ੍ਹ 84 ਜੋ ਅਸੀਂ 17 ਦਿਨ ਧਰਨਾ ਲਾਈ ਬੈਠੇ, ਉੱਥੇ ਪਿੱਛੋਂ ਕਿਸੇ ਨੇ ਪਹਿਲਾਂ ਕਿਸੇ ਨੇ ਦੱਸਿਆ ਵੀ 3 ਕੁ ਦਿਨ ਹੋਰ ਬਹਿ ਜਾਓ। ਜਦੋਂ 84 ਵਾਲਾ ਧਰਨਾ ਖਤਮ ਹੋ ਗਿਆ, ਮਗਰੋਂ ਕਹਿੰਦੇ ਕਿਸਾਨ ਤਾਂ ਉਈ ਉੱਠ ਕੇ ਆ ਗਏ ਜੇ 5 ਦਿਨ ਉੱਥੇ ਹੋਰ ਬਹਿ ਜਾਣ ਸਾਰਾ ਸਾਰਾ ਮਸਲੇ ਹੱਲ ਹੋ ਜਾਂਦਾ। ਯਾਨੀ ਇਹ ਪਤਾ ਨਹੀਂ ਹੁੰਦਾ ਉਹਨਾਂ ਨੂੰ ਕਿਹਨੇ ਦੱਸਿਆ। ਇਸ ਕਰਕੇ ਅੰਦੋਲਨਾਂ ਨੂੰ ਬਦਨਾਮ ਕਰਨ ਵਾਸਤੇ ਸਰਕਾਰ ਦੀਆਂ ਛੱਡੀਆਂ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੂੰ ਇਸ ਨੂੰ ਐਂ ਬਣਾ ਰਹੀਆਂ ਨੇ ਵੀ ਕੁਛ ਦਿਨ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ, ਦੂਜੀਆਂ ਪਤਾ ਨਹੀਂ ਉਹਦਾ ਵਿਰੋਧ ਕਰਦੀਆਂ ਨੇ, ਦੂਜੀਆਂ ਦਾ ਨਹੀਂ ਪ੍ਰੋਗਰਾਮ, ਉਹਨਾਂ ਦਾ ਜਿੱਦੇ ਬਣ ਗਿਆ ਉਦੋਂ ਦਿੱਲੀ ਵਗ ਜਾਣਗੀਆਂ, ਇਹ ਪਹਿਲਾਂ ਜਾ ਆਉਣਗੀਆਂ, ਜਿਹੜਾ ਉਦੋਂ ਮਗਰੋਂ ਜਾਣਾ ਚਾਹੁੰਦਾ ਉਦੋਂ ਮਗਰੋਂ ਜਾਊਗਾ। ਇਹ ਪਹਿਲਾਂ ਵੀ ਜਾਂਦੇ ਸੀ, ਹੁਣ ਵੀ ਜਾਂਦੇ ਨੇ, ਨਵੀਂ ਗੱਲ ਨਹੀਂ, ਕਿਉਂਕਿ ਜਥੇਬੰਦੀਆਂ ਅੱਡ ਨੇ ਨਾ, ਅੱਡ ਜਥੇਬੰਦੀ ਨੂੰ ਅਖਤਿਆਰ ਹੈ ਕੋਈ ਕੁਛ ਐਕਸ਼ਨ ਕਰ ਸਕਦਾ। ਹੁਣ 16 ਫਰਵਰੀ ਦੀ ਕੀ ਪਲੈਨਿੰਗ ਆ ਪੂਰੇ, ਤੁਸੀਂ ਵੀ ਮਤਲਬ ਕਿਤੇ ਨਾ ਕਿਤੇ 16 ਫਰਵਰੀ ਨੂੰ ਪੂਰਾ ਬੰਦ ਕਰਨਾ, ਭਾਰਤ ਬੰਦ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ? ਭਾਰਤ ਬੰਦ ਦਾ ਸੱਦਾ ਜੀ, ਇਹ ਟ੍ਰੇਡ ਯੂਨੀਅਨਾਂ ਦੇ ਨਾਲ ਲੱਗ ਕੇ, ਮਜ਼ਦੂਰਾਂ ਦੇ ਨਾਲ ਲੱਗ ਕੇ, ਕਿਸਾਨਾਂ ਅਤੇ ਮਜ਼ਦੂਰਾਂ ਦੇ ਸਾਂਝੇ ਐਕਸ਼ਨ ਦੇ ਤੌਰ 'ਤੇ ਇਸ ਨੂੰ ਐਕਸ਼ਨ, ਉਹਨਾਂ ਟ੍ਰੇਡ ਯੂਨੀਅਨ ਐਕਸ਼ਨ ਇਹ ਹੜਤਾਲ ਦੀ ਸੀ, ਇਹਨੂੰ ਬੰਦ ਦਾ ਸੱਦਾ ਬਣਾ ਕੇ ਸਾਂਝਾ ਐਕਸ਼ਨ ਬਣਾ ਲਿਆ।
ਇਸ ਐਕਸ਼ਨ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚੇ ਨਾਲ ਜਿਹੜੀਆਂ ਜੁੜੀਆਂ ਹਨ ਸਾਰੀਆਂ ਸ਼ਾਮਲ ਨੇ, ਟ੍ਰੇਡ ਯੂਨੀਅਨ ਹੋਣਗੀਆਂ ਜ਼ੋਰ ਨਾਲ। ਸੰਗਰੂਰ ਦਾ ਵੱਡਾ ਮੁੱਦਾ ਭਾਨੇ ਸਿੱਧੂ ਦਾ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਸਾਰੀ ਗੱਲਬਾਤ ਪਿਛਲੇ ਦਿਨਾਂ ਤੋਂ ਸਰਕਾਰ ਨਾਲ ਪੇਚਾ ਪਿਆ ਹੋਇਆ, ਪਰਚੇ 'ਤੇ ਪਰਚੇ ਹੋ ਰਹੇ ਨੇ, ਉਹਨਾਂ ਦੇ ਪਰਿਵਾਰ 'ਤੇ ਪਰਚੇ ਕਰੇ ਨੇ, ਹੋਰ ਨੌਜਵਾਨਾਂ 'ਤੇ ਪਰਚੇ ਹੋਏ ਨੇ, ਲਾਠੀ ਚਾਰਜ ਹੋਇਆ, ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਵੀ ਜਦੋਂ ਅਸੀਂ ਮੋਰਚੇ 'ਚ ਹੁੰਦੇ ਹਾਂ ਇੰਟਰਵਿਊ ਮੋਰਚੇ ਦੀ ਲੈਣੀ ਚਾਹੀਦੀ, ਸਾਡੇ ਮੀਡੀਆ ਵਾਲੇ ਸਾਥੀ ਗੱਲ ਕਿਤੇ ਨਹੀਂ ਹੁੰਦੀ ਹੈ, ਲਿਆ ਕੇ ਵਿੱਚ ਨਾ ਵਿੱਚ ਕੋਈ ਨਾ ਕੋਈ ਨਵੀਂ ਗੱਲ ਤੁਸੀਂ ਵੀ ਲਿਆਂਦੀ। ਇਹ ਗੱਲ ਮੈਨੂੰ ਲੱਗਦਾ ਨੇ ਆਪਾਂ ਨੂੰ ਨਹੀਂ ਛੇੜਨੀ ਚਾਹੀਦੀ। ਵੈਸੇ ਕਿਸਾਨਾਂ ਦੇ ਰਿਲੇਟਡ ਇਹ ਉਗਰਾਹ ਸਾਹਿਬ ਐਵੇਂ ਆ ਇਹ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰ ਉਹਨਾਂ ਦੇ ਨਾਲ ਆ, ਹੋਰ ਜਥੇਬੰਦੀਆਂ ਕ੍ਰਾਂਤੀਕਾਰ ਯੂਨੀਅਨ ਉਹਨਾਂ ਦੇ ਨਾਲ ਆ, ਕਾਫੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ। ਉਹਨਾਂ ਨੇ ਕਿਹਾ ਵੀ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਨੇ ਉਹਨਾਂ ਦਾ ਧੰਨਵਾਦ, ਜਿਹੜੀਆਂ ਜਥੇਬੰਦੀਆਂ ਨੇ ਸਾਡੀ ਹਮਾਇਤ ਨਹੀਂ ਦਿੱਤੀ ਉਹ ਕਿਤੇ ਨਾ ਕਿਤੇ ਸਾਡੇ 'ਚ ਗਿਲਾ, ਮਤਲਬ ਕਿਤੇ ਨਾ ਕਿਤੇ ਤੁਹਾਡੀ ਜਥੇਬੰਦੀ ਨੂੰ ਕਿਹਾ ਵੀ ਸਾਡੇ ਦਾ ਗਿਲਾ। ਦੇਖੋ, ਗਿਲਾ ਸਾਡਾ ਕਿਸੇ ਨਾਲ ਕੋਈ ਨਹੀਂ, ਅਸੀਂ ਕਿਹੜੀ ਗੱਲ ਕਦੋਂ ਕਰਨੀ ਹੈ ਪਹਿਲਾਂ ਉਹਨੂੰ ਵਾਚਦੇ ਹਾਂ, ਫੜਦੇ ਹਾਂ, ਕਰਨੀ ਦਾ ਮੌਕਾ ਹੈ ਕਿ ਨਹੀਂ, ਕਿਸੇ ਦੀ ਮਦਦ ਕਰਨੀ ਹੈ ਕਿ ਨਹੀਂ ਕਰਨੀ, ਅਸੀਂ ਹਰ ਗੱਲ ਸੋਚ ਸਮਝ ਕੇ ਕਰਦੇ ਹਾਂ, ਅੰਨੇ ਵਾਹ ਨਹੀਂ ਚੱਲਦੇ। ਐਂ ਤਾਂ ਕੋਈ ਕੁਛ ਵੀ ਬੋਲੀ ਜਾਵੇ ਕੋਈ ਵੀ ਇਹ ਚੁੱਪ ਕਿਉਂ ਕਰ ਗਏ? ਜੇ ਹੁਣ ਫਰਜ ਕਰ ਲਓ ਇੱਕ ਜਥੇਬੰਦੀ ਕਿਸੇ ਕੰਮ ਨੂੰ ਤੁਰੇ, ਅਸੀਂ ਅੱਖਾਂ ਵਿੱਚ ਕੇ ਤੁਹਾਡੇ ਮਗਰ ਤੁਰ ਪਈਏ ਉੱਧਰ, ਇਹ ਨਹੀਂ ਸਾਡੀ ਪੋਲਸੀ। ਅਸੀਂ ਬਹੁਤ ਸੋਚ ਸਮਝ ਕੇ ਕਰਦੇ ਹਾਂ, ਅਸੀਂ ਐਂ ਨਹੀਂ ਕਰਦੇ। ਕਿਹਦੇ ਨਾਲ ਸਾਂਝਾ ਹੋਵੇ ਹੁਣ? ਉੱਥੇ ਤਾਂ ਢੀਂਡ ਸਾਹਿਬ ਵੀ ਆ ਗਿਆ, ਉੱਥੇ ਲੱਖਾ ਵੀ ਆ ਗਿਆ, ਉੱਥੇ ਸਿਮਰਜੀਤ ਮਾਨ ਵੀ ਆ ਗਿਆ, ਉੱਥੇ ਹਰਪਾਲ ਖਹਿਰਾ ਵੀ ਆ ਗਿਆ, ਉੱਥੇ ਉੱਥੇ ਚੰਨੀ ਵੀ ਆ ਗਿਆ। ਅਸੀਂ ਉਹਨਾਂ ਦੇ ਬਿਨਾਂ ਕਦੇ ਸਾਂਝਾ ਮੰਚ ਕੀਤਾ ਹੀ ਨਹੀਂ। ਦੱਸੋ, ਕਦੇ ਦਿਖਾ ਦਿਓ ਪੰਜਾਬ 'ਚ ਕਦੇ ਸਾਡਾ ਕੋਈ ਮੰਚ ਕਿਸੇ ਮਾਝਾ ਵਰਦੇ ਮੁੱਦੇ 'ਤੇ, ਜਾਂ ਕਦੇ ਉਹਨਾਂ ਨਾਲ ਸਾਂਝੀ ਸਟੇਜ ਲਾਈ ਹੋਈ। ਅਸੀਂ ਕਿਵੇਂ ਜਾ ਬਣਾਂਗੇ ਆ? ਅਸੀਂ ਤਾਂ ਜੇ ਕੱਲ੍ਹ ਨੂੰ ਕੋਈ ਹੋਰ ਵੀ ਐਕਸ਼ਨ ਹੁੰਦਾ ਉਹਦੇ ਵਿੱਚ ਜੇ ਪੋਲੀਟੀਕਲ ਪਾਰਟੀਆਂ ਦਾਖਲ ਹੋਣਗੀਆਂ ਅਸੀਂ ਉੱਥੇ ਨਹੀਂ ਜਾਂਦੇ। ਅੱਜ ਤਾਂ ਦਿੱਲੀ ਦੇ ਮੋਰਚੇ 'ਚ ਨਹੀਂ ਉਹਨਾਂ ਨੇ ਖੰਘਣ ਦਿੱਤਾ। ਦਿੱਲੀ ਦੇ ਮੋਰਚੇ ਦੀ ਕਾਮਯਾਬੀ ਇਹ ਹੈ ਇਸ ਗੱਲ 'ਚ ਵੀ ਕੋਈ ਪੋਲੀਟੀਕਲ ਪਾਰਟੀ ਉਸ ਮੰਚ 'ਤੇ ਨਹੀਂ ਬੋਲਣ ਦਿੱਤੀ, ਜਿਹਦੇ ਕਰਕੇ ਉਹ ਮੋਰਚਾ ਕਾਮਯਾਬ। ਜਿੱਥੇ ਸਿਆਸੀ ਪਾਰਟੀਆਂ ਦਾਖਲ ਹੋ ਜਾਣਗੀਆਂ ਉੱਥੇ ਪੈਂਤੜੇਬਾਜ਼ੀ ਆ ਹੁੰਦੀ ਆ, ਦੇਖ ਲੈਣੇ ਸਿੱਟੇ ਕੀ ਨਿਕਲਣ। ਠੀਕ ਹੈ ਸਾਹਿਬ, ਕੀ ਲੱਗਦਾ ਤੁਹਾਨੂੰ? ਤੁਸੀਂ ਪਹਿਲਾਂ ਮੋਰਚਾ ਜਿੱਤਿਆ ਪਰ ਉਹ ਮੋਰਚੇ 'ਚ ਤੁਹਾਡੀ ਹਾਰ ਇਹ ਹੋਈ ਆ ਵੀ ਜਿਹੜਾ ਕੇਂਦਰ ਸਰਕਾਰ ਨੇ ਮੰਨੀਆਂ ਗੱਲਾਂ ਵੀ ਪਰਚੇ ਰੱਦ ਕਰ ਦਾਂਗੇ, ਆ ਕਰ ਦਾਂਗੇ, ਕੁਝ ਨਹੀਂ ਕੀਤਾ, MSP ਨਹੀਂ ਕੀਤੀ, ਇਹ ਕਿਵੇਂ ਹੱਲ ਹੋਣਾ ਮਸਲਾ? ਹੱਲ ਕਿਵੇਂ ਹੋਊਗਾ ਜਿਵੇਂ 13 ਫਰਵਰੀ ਨੂੰ ਅੱਧੀਆਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ, ਹੱਲ ਕਿਵੇਂ ਹੋਊ ਤੁਹਾਡਾ ਕੀ ਕਹਿਣਾ? ਉਹ ਮੋਰਚੇ ਨੂੰ ਪਹਿਲਾਂ ਜਿੱਤ ਦਰਸਾਤਾ ਵੀ ਜਿੱਤ ਗਏ, ਮਗਰ ਨੂੰ ਤੁਸੀਂ ਆਪੇ ਉਹਨੂੰ ਹਾਰ 'ਚ ਕਹਿਤਾ ਵੀ ਹਾਰ ਗਏ, ਜਾਂ ਤਾਂ ਕਹੋ ਵੀ ਤੁਸੀਂ ਹਾਰ ਗਏ ਜਾਂ ਕਹੋ ਕਿ ਜਿੱਤ ਗਏ, ਦੋ ਗੱਲਾਂ ਨਾ ਕਰੋ। ਦੇਖੋ ਦੇਖੋ, ਜਿਹੜੀ ਮੰਗਾਂ ਅਸੀਂ ਲੈ ਕੇ ਤੁਰੇ ਸੀ 3 ਕਾਨੂੰਨਾਂ ਦੀ ਵਾਪਸ, ਉਹ ਕੇਂਦਰ ਨੇ ਵਾਪਸ ਕਰ ਲਈ, ਇੱਕ ਟਰਮ ਪੂਰੀ ਹੋ ਗਈ ਮੋਰਚੇ ਦੀ। ਜਿਹੜੀਆਂ ਮੰਗਾਂ ਅੰਦੋਲਨ ਦੌਰਾਨ ਪੈਦਾ ਹੋਈਆਂ ਉਹਨਾਂ 'ਤੇ ਅਸੀਂ ਅੰਦੋਲਨ ਲੜ ਰਹੇ, ਇਹਦੀ ਵਿਆਖਿਆ ਐ ਹੋਣੀ ਚਾਹੀਦੀ ਹੈ, ਇਹਨੂੰ ਹਾਰ ਨਹੀਂ ਮੰਨਣਾ ਚਾਹੀਦਾ। ਹਾਰ ਤਾਂ ਫੇਰ ਹੈ ਜੇ ਅਸੀਂ ਉਹ ਛੱਡਤਾ, ਜਿਹੜੀਆਂ ਰਹਿ ਗਈਆਂ ਮੰਗਾਂ ਉਹਨਾਂ 'ਤੇ ਲੜਾਈ ਜਾਰੀ ਹੈ, ਜਿਹੜੇ ਕਾਨੂੰਨਾਂ ਦੀ ਖਾਤਰ ਗਏ ਸੀ ਉਹ ਵਾਪਸ ਹੋ ਗਏ, ਉਹ ਵੱਡੀ ਲੜਾਈ ਹੈ। ਕਦੋਂ ਖਤਮ ਹੁੰਦੀ ਹੈ, ਕਿਵੇਂ ਖਤਮ ਹੁੰਦੀ ਹੈ, ਇਹ ਤਰੀਕਾ ਸਾਰਾ ਇਹਦਾ ਆਪੋ ਆਪਣਾ। ਜਿਵੇਂ ਹੁਣ ਸਾਰੇ ਉਹ ਜਥੇਬੰਦੀਆਂ ਦਿੱਲੀ ਜਾ ਰਹੀਆਂ ਨੇ, ਉਹਨਾਂ ਦਾ ਆਪਦਾ ਤਰੀਕਾ, ਅਸੀਂ ਇੱਥੇ ਹੜਤਾਲ ਕਰ ਰਹੇ ਹਾਂ ਸਾਡਾ ਆਪਦਾ ਤਰੀਕਾ ਹੈ। ਅਸੀਂ 26 ਨਵੰਬਰ ਨੂੰ ਟਰੈਕਟਰ ਮਾਰਚ ਕੀਤਾ, 26 ਜਨਵਰੀ ਨੂੰ ਸਾਰੇ ਜ਼ਿਲ੍ਹਿਆਂ 'ਚ ਸਾਡਾ ਆਪਦਾ ਤਰੀਕਾ ਹੈ।
ਅਸੀਂ ਫਰਵਰੀ ਦੇ ਲਾਸਟ ਦੇ ਵਿੱਚ ਦਿੱਲੀ ਜਾ ਸਕਦੇ ਹਾਂ, ਮਾਰਚ ਦੇ ਪਹਿਲੇ ਹਫ਼ਤੇ ਦਿੱਲੀ ਜਾ ਸਕਦੇ ਹਾਂ। ਸਾਡਾ ਆਪਦਾ ਤਰੀਕਾ, ਹਰ ਇੱਕ ਦਾ ਤਰੀਕਾ ਆਪਦਾ ਮੰਗਾਂ ਤੇ। ਹੁਣ ਜਿਹੜੀ ਤੁਹਾਡਾ ਪਲਾਨ ਆ, ਅਗਲਾ ਪਲਾਨ, ਤੁਸੀਂ 24 ਫਰਵਰੀ ਦੀ ਗੱਲਬਾਤ ਕੀਤੀ ਆ ਕਿ ਅਸੀਂ ਚੰਡੀਗੜ੍ਹ ਜਾਣਾ, ਚੰਡੀਗੜ੍ਹ ਪੱਕਾ ਧਰਨਾ ਲਾਉਣਾ ਜਾਂ ਕੀ ਪਲਾਨ ਆ? ਮੋਰਚੇ ਨੂੰ ਧਰਨਾ ਹੀ ਕਹਿੰਦੇ, ਇਹੀ ਮੁੱਦਿਆਂ ਵਾਸਤੇ, ਇਹੀ ਗੱਲਾਂ ਬਾਤਾਂ ਜਿਹੜੇ ਸੈਂਟਰ ਸਰਕਾਰ ਮੰਗਾਂ ਸਾਡੀਆਂ ਸਾਰੀਆਂ ਲਿਖੀਆਂ ਹੋਈਆਂ। ਵਿਚਾਰਾਂ ਦਾ ਫਰਕ ਆ, ਇਹ ਆਪਾਂ ਕਹਿ ਸਕਦੇ ਹਾਂ। ਹਰ ਇੱਕ ਦੀ ਪਲੈਨਿੰਗ ਜਥੇਬੰਦੀ ਦੀ ਵੱਖੋ ਵੱਖਰੀ ਹੈ ਕਿ ਕਿਸ ਤਰੀਕੇ ਨਾਲ ਪ੍ਰੋਟੈਸਟ ਕਰਨਾ। ਵਿਚਾਰਾਂ ਦੇ ਫਰਕ ਹੋਣਾ ਅੱਡ ਗੱਲ ਹੈ, ਮੁੱਦਿਆਂ ਤੇ ਸਹਿਮਤੀ ਸਹਿਮਤੀ ਹੋਣਾ ਇਹ ਵੀ ਅੱਡ ਗੱਲ ਹੈ। ਲੜਨ ਦਾ ਤਰੀਕਾ ਹਰ ਇੱਕ ਦਾ ਆਪੋ ਆਪਣਾ, ਕਦੇ ਕਦੇ ਸਾਡਾ ਸਾਰਿਆਂ ਦਾ ਸਾਂਝਾ ਵੀ ਬਣ ਜਾਂਦਾ ਮੁੱਦਿਆਂ ਤੇ, ਜਦੋਂ ਸਾਂਝ ਬਣਦੀ ਹੈ ਲੜਨ ਦੇ ਤਰੀਕੇ ਦੀ ਬਣ ਜਾਂਦੀ ਹੈ। ਜਿਵੇਂ ਹੁਣ ਸਾਰਿਆਂ ਦਾ ਇਹ ਬਣ ਗਿਆ ਵੀ ਕਾਲੇ ਕਾਨੂੰਨ ਖੇਤੀ ਵਾਲੇ ਬਹੁਤ ਵੱਡੇ ਲੜਾਈ ਹੈ, ਇਹ ਇਕੱਲੇ ਇਕੱਲੇ ਤੋਂ ਨਹੀਂ ਲੜੀ ਜਾਣੀ, ਅਤੇ ਦਿੱਲੀ ਨੂੰ ਮੋਰਚਾ ਲਾਉਣਾ ਚਾਹੀਦਾ, ਸਭ ਦੀ ਸਾਂਝੀ ਗੱਲ ਬਣ ਗਈ ਦਾਤ ਆ। ਤੇ 16 ਫਰਵਰੀ ਦੀ ਕੀ ਪਲੈਨਿੰਗ ਆ ਉਗਰਾਹਾਂ ਗਰੁੱਪ ਦੀ, ਕਿੱਥੇ ਕਿੱਥੇ ਧਰਨੇ ਲੱਗਣਗੇ ਵੱਡੇ, ਕੀ ਪਲਾਨ ਬਣਾਇਆ ਤੁਸੀਂ? 14 ਤਰੀਕ ਨੂੰ ਨਹੀਂ, 14 ਤਰੀਕ ਨੂੰ ਸੰਗਰੂਰ ਦੇ, 16 ਫਰਵਰੀ ਨੂੰ, 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ, ਭਾਰਤ ਬੰਦ ਦੇ ਸੱਦੇ ਵਿੱਚ ਜਥੇਬੰਦੀਆਂ ਨਾਲ ਪਲੈਨ ਬਣੀ ਹੋਈ ਹੈ ਸਾਡੀ ਆਪਦੀ, ਉਹ ਅੰਦਰਲੀ ਹੈ, ਕਿੱਥੇ ਕਿੱਥੇ ਕੀ ਕੀ ਕਰਨਾ ਉਸ ਨੂੰ 16 ਨੂੰ ਦਿਖਾਵਾਂ। ਵੱਖੋ ਵੱਖਰੀਆਂ ਨੇ ਹਰੇਕ ਦਾ ਸਿਸਟਮ ਪ੍ਰੋਟੈਸਟ ਕਰਨ ਦਾ ਤਰੀਕਾ ਵੱਖਰਾ, ਤੇ ਭਾਨੇ ਸਿੱਧੂ ਦੇ ਮਾਮਲੇ ਵਿੱਚ ਕਿਹਾ ਕਿ ਸਾਡੀ ਜਥੇਬੰਦੀ ਵਿਚਾਰ ਚਰਚਾ ਕਰਕੇ ਪ੍ਰੋਟੈਸਟ ਕਰਦੀ ਆ, ਪ੍ਰਦਰਸ਼ਨ ਕਰਦੀ ਆ, ਕਿਤੇ ਨਾ ਕਿਤੇ ਜਿਹੜਾ 13 ਫਰਵਰੀ ਨੂੰ ਕੂਚ ਆ, ਉਹਨਾਂ ਨੇ ਕਿਹਾ ਕਿ ਜਥੇਬੰਦੀਆਂ ਜਾ ਰਹੇ ਨੇ, ਉਹਨਾਂ ਆਪਣਾ ਸਿਸਟਮ ਆ, ਅਤੇ ਅਸੀਂ ਆਪਣੇ ਪ੍ਰਦਰਸ਼ਨ ਜਾਰੀ ਰੱਖਾਂਗੇ। ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ।